ਇਹ ਉਹ ਮੰਦਿਰ ਦੀ ਜਗ੍ਹਾ ਹੈ ਜਿੱਥੇ ਚੰਡੀਗੜ੍ਹ ਮੋਹਾਲੀ ਬਾਰਡਰ 'ਤੇ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ। ਇੱਥੋਂ ਦੇ ਪ੍ਰਬੰਧਕ ਮੰਦਿਰ ਦਾ ਸਹਿਯੋਗ ਇੱਕ ਬਹੁਤ ਹੀ ਚੰਗਾ ਸੁਨੇਹਾ ਜਾ ਰਿਹਾ। ਅਸੀਂ ਕਿਸੇ ਦ੍ਰਿਸ਼ਟੀ ਨਾਲ ਨਹੀਂ ਇਹਨਾਂ ਨੂੰ ਦੇਖ ਰਹੇ, ਬਿਨਾਂ ਭੇਦਭਾਵ ਦੇ ਪਰਮਾਤਮਾ ਦੇ ਜੀ ਨੇ, ਅਸੀਂ ਵੀ ਹੋਈ ਹਾਂ, ਅਸੀਂ ਕੋਈ ਪਰਮਾਤਮਾ ਦੇ ਹਾਂ। ਦੇਖੋ ਸਾਡੇ ਵਾਸਤੇ ਇੱਕ ਬਹੁਤ ਮਾਣ ਵਾਲੀ ਗੱਲ ਹੈ, ਪਰਮਾਤਮਾ ਦੇ ਘਰ ਹੈ, ਇਹਦੇ ਪਾਣੀ ਹੈ। ਇਸ ਮੰਦਿਰ ਵੱਲੋਂ, ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਪੂਰਾ ਸਹਿਯੋਗ ਕੀਤਾ ਜਾ ਰਿਹਾ। ਟੋਇਲਟ ਦੀ ਸੁਵਿਧਾ ਜਗ੍ਹਾ, ਇਹਦੇ ਵਾਸਤੇ ਕੋਈ ਧਰਮ ਨਹੀਂ, ਕੋਈ ਭੇਦਭਾਵ ਨਹੀਂ। ਬਾਥਰੂਮ ਇਹਨਾਂ ਨੇ ਰਹਿਣ ਦੇ ਲਈ ਪ੍ਰਬੰਧ ਸਾਰਾ, ਇਹ ਪੂਰਾ ਸਹਿਯੋਗ ਕਰ ਰਹੇ ਹਨ। ਸਾਡੇ ਬਾਬਾ ਜੀ ਦੀ ਤਰਫੋਂ ਨਹੀਂ ਕੀਤਾ ਗਿਆ ਅਤੇ ਅਸੀਂ ਕੌਣ ਨਾ ਕਰਾਂਗੇ। ਇਹ ਪਾਰਕ 'ਚ ਦੇਖੋ ਕਿਤਨੀਆਂ ਸੰਗਤਾਂ ਨੇ ਉਤਾਰਾ ਕਰਿਆ। ਬਾਕੀ ਕੋਈ ਐਮਰਜੈਂਸੀ ਪੈਂਦੀ ਹੈ ਕੋਈ ਜਗ੍ਹਾ ਦੀ, ਤਾਂ ਹੈਗਾ ਅੰਦਰ, ਪਰਮਾਤਮਾ ਦਾ ਘਰ ਹੈ। ਥੋੜ੍ਹੀ ਦੇਰ ਬਹਿਣਾ ਅਸੀਂ, ਕੁਛ ਮੀਟਿੰਗ ਕਰਨੀ ਹੈ, ਕੋਈ ਗੱਲ ਨਹੀਂ, ਖੁੱਲ੍ਹਿਆ ਮੰਦਿਰ, ਬਹਿ ਜਾਓ। ਆਪਾਂ ਮੰਦਿਰ ਦੀ ਗੱਲ ਕਰੀਏ ਤਾਂ ਇਹਨਾਂ ਦਾ ਪੂਰਾ ਸਹਿਯੋਗ ਹੈ, ਇਸ ਮੋਰਚੇ ਨੂੰ ਪਾਣੀ ਦੀ ਸੁਵਿਧਾ ਜੋ ਵੀ ਹੈ ਪੂਰਾ ਸਹਿਯੋਗ ਦੇ ਰਹੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਏ, ਸ਼੍ਰੀਮਦ ਭਗਵਦ ਗੀਤਾ ਹੋਏ, ਉਹ ਪਰਮਾਤਮਾ ਦੀ, ਗੁਰੂਆਂ ਦੀ ਬਾਣੀ ਹੈ। ਵਿਸ਼ਾਲ ਸ਼੍ਰੀ ਗੀਤਾ ਭਵਨ ਸ਼੍ਰੀ ਕ੍ਰਿਸ਼ਨ ਮੰਦਿਰ, ਤਾਂ ਇਹ ਉਹ ਮੰਦਿਰ ਦੀ ਜਗ੍ਹਾ ਹੈ ਜਿੱਥੇ ਚੰਡੀਗੜ੍ਹ ਮੋਹਾਲੀ ਬਾਰਡਰ 'ਤੇ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ। ਇੱਥੋਂ ਦੇ ਪ੍ਰਬੰਧਕ ਮੰਦਿਰ ਦਾ ਸਹਿਯੋਗ ਇੱਕ ਬਹੁਤ ਹੀ ਚੰਗਾ ਸੁਨੇਹਾ ਜਾ ਰਿਹਾ ਕਿ ਇਸ ਦੇ ਵਿੱਚ ਇਕੱਲੇ ਇੱਕ ਧਰਮ ਜਾਂ ਇੱਕ ਕੌਮ ਦੀ ਗੱਲ ਨਹੀਂ ਹੈ, ਸਾਂਝੀਵਾਲਤਾ ਦੀ ਵੀ ਗੱਲ ਹੈ। ਇੱਥੇ ਮੁੱਖ ਸੇਵਾਦਾਰ ਨੇ ਜਿਹੜੇ ਮਹਾਤਮਾ ਸੁਬੋਧ ਮੁਨੀ ਜੀ, ਉਹ ਸਾਡੇ ਨਾਲ ਨੇ ਮੁੱਖ ਸੇਵਾਦਾਰ ਵਜੋਂ, ਔਰ ਨਾਲ ਹੀ ਇਸ ਮੋਰਚੇ ਨੂੰ ਚਲਾਉਣ ਵਾਲੇ ਸੱਜਣ ਵੀ ਖੜ੍ਹੇ ਨੇ। ਗੱਲਾਂ ਕਰਾਂਗੇ ਕਿ ਇਸ ਮੋਰਚੇ ਨੂੰ ਇਹ ਕਿਵੇਂ ਸਮਝਦੇ ਨੇ ਔਰ ਮੰਦਿਰ ਸਹਿਯੋਗ ਕਿਵੇਂ ਦੇ ਰਿਹਾ ਇਸ ਮੋਰਚੇ ਦੇ ਵਿੱਚ ਆਏ ਲੋਕਾਂ ਲਈ, ਸੰਗਤ ਦੇ ਲਈ। ਸਭ ਤੋਂ ਪਹਿਲਾਂ ਮੁਨੀ ਜੀ, ਮੈਂ ਇਹੀ ਜਾਣਨਾ ਤੁਹਾਡਾ ਤਜਰਬਾ ਕੀ ਕਹਿ ਰਿਹਾ, ਜਿਵੇਂ ਦੇ ਇੱਥੇ ਲੋਕ ਆ ਰਹੇ ਨੇ, ਸੰਗਤ ਆ ਰਹੀ ਹੈ, ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਮੰਦਿਰ ਵੱਲੋਂ? ਜੀ, ਜੈ ਸ਼੍ਰੀ ਕ੍ਰਿਸ਼ਨ ਜੀ ਸਭ ਨੂੰ। ਇਹ ਅਸੀਂ ਕਿਸੇ ਦ੍ਰਿਸ਼ਟੀ ਨਾਲ ਨਹੀਂ ਇਹਨਾਂ ਨੂੰ ਦੇਖ ਰਹੇ, ਬਿਨਾਂ ਭੇਦਭਾਵ ਦੇ ਪਰਮਾਤਮਾ ਦੇ ਜੀ ਨੇ, ਅਸੀਂ ਵੀ ਹੋਈ ਹਾਂ, ਅਸੀਂ ਕੋਈ ਪਰਮਾਤਮਾ ਦੇ ਹਾਂ। ਅਤੇ ਪਰਮਾਤਮਾ ਦੇ ਘਰ ਹੈ, ਇਹਦੇ ਪਾਣੀ ਹੈ, ਟੋਇਲਟ ਦੀ ਸੁਵਿਧਾ ਜਗ੍ਹਾ, ਇਹਦੇ ਵਾਸਤੇ ਕੋਈ ਧਰਮ ਨਹੀਂ, ਕੋਈ ਭੇਦਭਾਵ ਨਹੀਂ, ਦਰਵਾਜ਼ਾ ਖੁੱਲ੍ਹਿਆ ਸਭ ਵਾਸਤੇ, ਕੋਈ ਰੋਕ ਟੋਕ ਨਹੀਂ ਹੈ। ਸਾਡੇ ਬਾਬਾ ਜੀ ਦੀ ਤਰਫੋਂ ਨਹੀਂ ਕੀਤਾ ਗਿਆ ਅਤੇ ਅਸੀਂ ਕੌਣ ਨਾ ਕਰਨ ਵਾਲੇ ਜੀ। ਤਾਂ ਬਾਪੂ ਜੀ, ਤੁਹਾਡਾ ਤਜਰਬਾ ਕੀ ਕਹਿੰਦਾ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕਿਸੇ ਖਾਸ ਫਿਰਕੇ ਲਈ, ਖਾਸ ਕੌਮ ਲਈ ਮੋਰਚਾ ਲੱਗਿਆ ਹੋਇਆ, ਪਰ ਜਿਸ ਤਰ੍ਹਾਂ ਸਹਿਯੋਗ ਦੇ ਰਹੇ ਨੇ, ਜਿਵੇਂ ਦੱਸ ਰਹੇ ਨੇ, ਤੁਸੀਂ ਕੀ ਕਹਿਣਾ ਚਾਹੋਗੇ, ਕੀ ਸਮਝਦੇ ਹੋ? ਦੇਖੋ ਸਾਡੇ ਵਾਸਤੇ ਇੱਕ ਬਹੁਤ ਮਾਣ ਵਾਲੀ ਗੱਲ ਹੈ, ਜਿਸ ਦਿਨ ਤੋਂ ਕੌਮੀ ਇਨਸਾਫ ਮੋਰਚਾ ਇਸ ਬਾਰਡਰ 'ਤੇ ਲੱਗਿਆ, ਇਸ ਮੰਦਿਰ ਵੱਲੋਂ, ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਪੂਰਾ ਸਹਿਯੋਗ ਕੀਤਾ ਜਾ ਰਿਹਾ, ਕਿਉਂਕਿ ਜਿਹੜਾ ਇਹ ਮੋਰਚਾ ਜਿਹਨਾਂ ਮੁੱਦਿਆਂ 'ਤੇ ਲੱਗਿਆ ਉਹ ਸਾਂਝੇ ਮੁੱਦੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦਾ ਇਨਸਾਫ ਲੈਣ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੌਂ ਵਰਨਾਂ ਨੂੰ ਉਪਦੇਸ਼ ਉਹਨਾਂ ਦਾ ਸਾਂਝਾ, ਸਾਂਝੀ ਬਾਲਤਾ ਦੇ ਪ੍ਰਤੀਕ ਹੈ। ਇਸ ਕਰਕੇ ਉਸ ਮਿਸ਼ਨ ਨੂੰ ਸਮਝਦੇ ਹੋਏ ਇਸ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਡਾ ਪੂਰਾ ਸਹਿਯੋਗ ਕੀਤਾ ਜਾ ਰਿਹਾ। ਉਸ ਦਿਨ ਤੋਂ ਹੀ ਬਾਥਰੂਮ ਇਹਨਾਂ ਨੇ ਰਹਿਣ ਦੇ ਲਈ ਪ੍ਰਬੰਧ ਸਾਰਾ, ਇਹ ਪੂਰਾ ਸਹਿਯੋਗ ਕਰ ਰਹੇ ਹਾਂ, ਅਸੀਂ ਧੰਨਵਾਦ ਕਰਦੇ ਹਾਂ ਵਾਰ ਵਾਰ ਇਹਨਾਂ ਦਾ। ਇਹ ਪਾਰਕ 'ਚ ਦੇਖੋ ਕਿਤਨੀਆਂ ਸੰਗਤਾਂ ਨੇ ਉਤਾਰਾ ਕਰਿਆ, ਇਸ ਕਰਕੇ ਇਹਨਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਆਪਣਾ ਇਖਲਾਕੀ ਫਰਜ਼ ਸਮਝਦੇ ਹੋਏ ਸਾਨੂੰ ਇਹ ਸਾਥ ਦੇ ਰਹੇ ਹਾਂ, ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਜ਼ਰੀਏ ਕੈਮਰੇ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੰਦਿਰ ਦੇ ਬਿਲਕੁਲ ਨਾਲ ਗਲਿਆਰਾ ਹਦੂਦ ਹੈ ਔਰ ਨਾਲ ਹੀ ਮੋਰਚਾ ਲੱਗਿਆ ਹੋਇਆ, ਔਰ ਮੁਨੀ ਜੀ ਤੋਂ ਜਾਣਦੇ ਇਹਨਾਂ ਨੇ ਹੋਰ ਕੀ ਕੁਝ ਇੱਥੇ ਦੇਖਿਆ, ਕੀ ਕੁਝ ਇੱਥੇ ਸਾਰਾ ਤਜਰਬਾ ਰਿਹਾ। ਜਿਵੇਂ ਸਾਹਮਣੇ ਆ ਜੀ, ਪੰਡਾਲ ਲੱਗਿਆ ਹੋਇਆ ਪੂਰਾ, ਰੋਜ਼ ਲੋਕ ਆਉਂਦੇ ਨੇ, ਸੰਗਤ ਆਉਂਦੀ ਹੈ, ਮੋਰਚੇ 'ਚ ਸ਼ਾਮਿਲ ਹੁੰਦੇ ਨੇ, ਤੁਸੀਂ ਸਾਰਾ ਅੰਦਰ ਦਾ ਸਹਿਯੋਗ ਦੇ ਰਹੇ ਹੋ, ਕੀ ਰਿਹਾਇਸ਼ ਦੇ ਵਜੋਂ ਵੀ ਸਹਾਇਤਾ ਕੀਤੀ ਜਾ ਰਹੀ ਹੈ? ਰਿਹਾਇਸ਼ ਦਾ ਤਾਂ ਵੈਸੇ ਇਹਨਾਂ ਦਾ ਆਪਣੀ ਹੈ ਵਿਵਸਥਾ, ਬਾਕੀ ਕੋਈ ਐਮਰਜੈਂਸੀ ਪੈਂਦੀ ਹੈ ਕੋਈ ਜਗ੍ਹਾ ਦੀ, ਤਾਂ ਹੈਗਾ ਅੰਦਰ, ਪਰਮਾਤਮਾ ਦਾ ਘਰ ਹੈ, ਕੋਈ ਮਨਾ ਨਹੀਂ ਹੈ। ਕੋਈ ਥੋੜ੍ਹੀ ਦੇਰ ਵਾਸਤੇ ਆਉਂਦੇ ਨੇ ਕਿ ਥੋੜ੍ਹੀ ਦੇਰ ਬਹਿਣਾ ਅਸੀਂ, ਕੁਛ ਮੀਟਿੰਗ ਕਰਨੀ ਹੈ, ਕੋਈ ਗੱਲ ਨਹੀਂ, ਖੁੱਲ੍ਹਿਆ ਮੰਦਿਰ, ਬਹਿ ਜਾਓ। ਟੋਇਲਟ ਹੈ, ਟੋਇਲਟ ਯੂਜ਼ ਹੋ ਰਹੇ ਨੇ, ਬਿਜਲੀ ਸਵੇਰੇ 5:30-6 ਵਜੇ ਤੋਂ ਰਾਤੀ 9:30-10 ਵਜੇ ਤੱਕ, ਥੋੜ੍ਹਾ ਰਾਤੀ ਅਸੀਂ ਬੰਦ ਰੱਖਦੇ ਹਾਂ ਥੋੜ੍ਹਾ ਸੇਫਟੀ ਵਾਸਤੇ, ਇਹ ਤਾਂ ਆਪਣੇ ਭਰਾ ਨੇ, ਪਰ ਇਹਨਾਂ ਦੀ ਆੜ 'ਚ ਕੋਈ ਹੋਰ ਅੰਦਰ ਐਂਟਰੀ ਨਾ ਕਰੇ, ਇੱਕ ਵਾਰ ਹੋ ਵੀ ਗਿਆ ਸੀ ਅਤੇ ਉਹ ਸੇਫਟੀ ਨੂੰ ਦੇਖਦੇ ਹੋਏ ਅਤੇ ਥੋੜ੍ਹਾ ਜਿਹਾ ਰੈਸਟ ਕਰਨਾ, ਅਸੀਂ ਵੀ ਸਵੇਰੇ ਨਿੱਤ ਨਿਯਮ ਕਰਨਾ, ਬਸ ਉਨੀ ਦੇਰ ਥੋੜ੍ਹਾ ਕੁਛ ਰਾਤ ਦੇ ਕੁਛ ਘੰਟੇ ਬੰਦ ਰਹਿੰਦਾ, ਬਾਕੀ ਖੁੱਲ੍ਹਿਆ ਹੈ ਸਭ, ਬਿਜਲੀ ਪਾਣੀ ਸਭ ਚੱਲ ਰਿਹਾ, ਪਰਮਾਤਮਾ ਦੇ ਘਰ ਹੈ, ਕੋਈ ਕਮੀ ਨਹੀਂ ਹੈ।
ਜਿਵੇਂ ਇੱਥੇ ਆਉਣ ਵਾਲਿਆਂ ਦਾ ਔਰ ਸਾਰਿਆਂ ਦਾ ਮਕਸਦ ਇਹ ਹੈ ਕਿ ਸਾਡੇ ਨਾਲ ਜੋ ਬੇਇਨਸਾਫ਼ੀ ਹੋਈ ਇਨਸਾਫ਼ ਮਿਲਣਾ ਚਾਹੀਦਾ ਹੈ। ਤਾਂ ਕੋਈ ਵੀ ਧਰਮ ਗ੍ਰੰਥ ਹੋਵੇ, ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਾਂ ਕਿਸੇ ਹੋਰ ਧਰਮ ਦਾ ਕੋਈ ਪਵਿੱਤਰ ਗ੍ਰੰਥ ਹੋਵੇ, ਕਿਸੇ ਨਾਲ ਵੀ ਵਾਦ ਘਾਟ ਨਹੀਂ ਹੋਣੀ ਚਾਹੀਦੀ, ਬੇਅਦਬੀ ਨਹੀਂ ਹੋਣੀ ਚਾਹੀਦੀ। ਮਕਸਦ ਸਾਰਿਆਂ ਦਾ ਸਾਂਝਾ ਨਜ਼ਰ ਆਉਂਦਾ ਹੈ। ਤੁਸੀਂ ਇਸ ਸਾਰੇ ਮਕਸਦ ਨੂੰ ਕਿਵੇਂ ਸਮਝਦੇ ਹੋ ਕਿ ਸਹੀ ਦਿਸ਼ਾ ਵੱਲ ਜਾ ਰਿਹਾ ਸਭ ਕੁਝ? ਦੇਖੀਏ, ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਏ, ਸ਼੍ਰੀਮਦ ਭਗਵਦ ਗੀਤਾ ਹੋਏ ਜਾਂ ਔਰ ਅਨੇ ਧਾਰਮਿਕ ਗ੍ਰੰਥ ਨੇ, ਉਹ ਪਰਮਾਤਮਾ ਦੀ ਗੁਰੂਆਂ ਦੀ ਬਾਣੀ ਹੈ ਅਤੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਬੇਅਬਦੀ ਵੈਸੇ ਉਹ ਬਹੁਤ ਜ਼ਿਆਦਾ ਗਲਤ ਹੈ। ਅਤੇ ਉਹ ਜਿਹੜੇ ਬਾਕੀ ਸਾਨੂੰ ਪੂਰੀ ਤਰ੍ਹਾਂ ਨਹੀਂ ਪਤਾ ਕਿ ਇਹਨਾਂ ਦਾ ਪਕਸ਼ ਹੈ, ਅਸੀਂ ਕਿਹਾ ਨਾ ਬਿਨਾਂ ਭੇਦਭਾਵ ਸਾਨੂੰ ਪਤਾ ਵੀ ਨਹੀਂ ਹੈ ਕਿ ਉਹਨਾਂ ਦਾ ਕੀ ਮੋਰਚਾ ਲੈ ਕੇ ਬੈਠੇ ਹਾਂ। ਥੋੜ੍ਹਾ ਬਹੁਤ ਆਈਡੀਆ ਹੈ, ਅਸੀਂ ਤਾਂ ਬਸ ਇੱਕ ਪਰਮਾਤਮਾ ਦਾ ਘਰ ਹੈ, ਨਿਯਮਿਤ ਮਾਤਰ ਬੈਠੇ ਹਾਂ। ਜੋ ਸੁਵਿਧਾ ਸਾਰੀ ਸ਼ਮਤਾ ਹੈ, ਸ਼ਕਤੀ ਹੈ, ਜੋ ਅਸੀਂ ਕਰ ਸਕਦੇ ਹਾਂ ਉਹ ਕਰ ਰਹੇ ਹਾਂ। ਇਸ ਤੋਂ ਪਹਿਲੇ ਰੈਲੀਆਂ ਆਉਂਦੀਆਂ ਨੇ, ਮੋਰਚੇ ਚੰਡੀਗੜ੍ਹ ਮੋਹਾਲੀ ਬਾਰਡਰ ਹੈ, ਅਤੇ ਪਹਿਲੇ ਪੁਲਿਸ ਵਾਲੇ ਆਰਮੀ ਵਾਲੇ ਡਿਊਟੀ ਲੱਗਦੀ ਹੈ, ਉਹ ਆਉਂਦੇ ਨੇ ਅੰਦਰ, ਟੋਇਲਟ ਪਾਣੀ ਯੂਜ਼ ਹੋ ਰਿਹਾ ਬੈਠੇ ਨੇ। ਉਹਦੇ ਬਾਅਦ ਕਈ ਵਾਰ ਰੈਲੀ ਆਉਂਦੀ ਹੈ, ਕਈ ਵਾਰ ਕੁਝ ਘੰਟੇ ਬਾਅਦ ਪਤਾ ਚੱਲਦਾ ਹੈ ਕਿ ਇਹ ਕਿਸਾਨ ਆਏ ਹੋਏ ਨੇ ਇਸ ਵਾਰ, ਇਹ ਵਾਰ ਟੀਚਰ ਆਏ ਹੋਏ ਨੇ ਜਾਂ ਰੋਡਵੇਜ਼ ਵਾਲੇ ਆਏ ਹੋਏ ਨੇ, ਸਾਨੂੰ ਪਤਾ ਹੀ ਨਹੀਂ ਹੁੰਦਾ ਕੌਣ ਆਇਆ। ਉਹ ਯੂਜ਼ ਹੋ ਰਿਹਾ, ਠੀਕ ਹੈ, ਅਸੀਂ ਨਾ ਦਰਵਾਜ਼ੇ 'ਤੇ ਖੜ੍ਹੇ ਹੋ ਕੇ ਪੁੱਛਦੇ ਹਾਂ ਕਿਹੜਾ ਪਿੰਡ ਹੈ, ਕਿਉਂ ਆਏ ਹੋ, ਕੀ ਹੈ। ਪਾਣੀ ਸਭ ਵਾਸਤੇ, ਕੋਈ ਧਰਮ ਨਹੀਂ ਦੇਖਣਾ, ਕੋਈ ਕੁਛ ਨਹੀਂ, ਸੁਵਿਧਾ ਵਾਸਤੇ। ਤਾਂ ਬਾਪੂ ਜੀ, ਤੁਸੀਂ ਸਹਿਯੋਗ ਨੂੰ ਕਿਵੇਂ ਵੇਖਦੇ ਹੋ, ਕਿਉਂਕਿ ਇੱਕ ਮੋਰਚਾ ਲੱਗਿਆ ਹੋਇਆ ਇੱਕ ਪਾਸੇ, ਦੂਜੇ ਪਾਸੇ ਮੰਦਰ ਦੀ ਪ੍ਰਬੰਧਕ ਕਮੇਟੀ ਸਹਿਯੋਗ ਵੀ ਦੇ ਰਹੀ ਹੈ, ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ? ਇਸ ਤਰ੍ਹਾਂ ਦਾ ਪਹਿਲਾਂ ਕਦੇ ਵੇਖੀ ਹੈ ਤਸਵੀਰ ਕਿ ਮੋਰਚਾ ਲੱਗਿਆ ਹੋਵੇ ਅਤੇ ਮੰਦਰ ਦੇ ਪ੍ਰਬੰਧਕ ਵੀ ਬਿਨਾਂ ਕਿਸੇ ਭੇਦਭਾਵ ਦੇ ਸਹਿਯੋਗ ਦੇਣ? ਦੇਖੋ ਜੀ, ਜਿੱਦਾਂ ਸਾਰੇ ਧਾਰਮਿਕ ਗ੍ਰੰਥ ਨੇ, ਜੋ ਗੁਰੂ ਨਾਨਕ ਦੇਵ ਜੀ ਸਟਾਰਟਿੰਗ ਤੋਂ ਹੀ ਕਹਿ ਕੇ ਗਏ ਆ, ਨਾ ਕੋਈ ਹਿੰਦੂ ਨਾ ਕੋਈ ਵੈਰੀ ਨਹੀਂ ਹੈ ਸਾਰੇ। ਇਹ ਤਾਂ ਸਰਕਾਰਾਂ ਨੇ, ਉਹ ਨਾ ਤਾਂ ਕਿਸੇ ਵੀ ਧਰਮ ਦੀਆਂ ਨੇ, ਉਹਨਾਂ ਦੀ ਪੋਲੀਟਿਕਸ ਹੈ, ਉਹ ਆਪਸ ਵਿੱਚ ਲੜਾਉਂਦੀਆਂ ਪੜ੍ਹਾਉਂਦੀਆਂ। ਪਰ ਕਿਤੇ ਵੀ ਅੱਜ ਤੱਕ ਆਪਾਂ ਜਿੱਥੇ ਵੀ ਕੋਈ ਮੋਰਚੇ ਲੱਗੇ ਦੇਖੇ ਹੈ, ਉੱਥੇ ਸਾਂਝੀ ਭਾਈਵਾਲਤਾ ਹੀ ਦੇਖੀ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਇਕੱਠੇ ਹੁੰਦੇ ਨੇ। ਇਹ ਸਿਰਫ ਪੋਲੀਟਿਕਸ ਹੈ। ਜੇ ਆਪਾਂ ਮੰਦਰ ਦੀ ਗੱਲ ਕਰੀਏ ਤਾਂ ਇਹਨਾਂ ਦਾ ਪੂਰਾ ਸਹਿਯੋਗ ਹੈ ਇਸ ਮੋਰਚੇ ਨੂੰ, ਪਾਣੀ ਦੀ ਸੁਵਿਧਾ ਜੋ ਵੀ ਹੈ, ਪੂਰਾ ਸਹਿਯੋਗ ਦੇ ਰਹੇ ਹੈ ਜੀ। ਤਾਂ ਅਖੀਰ ਦੇ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਲੋਕ ਹੁਣ ਵੀ ਸਾਨੂੰ ਦੇਖ ਰਹੇ, ਜਿਹੜੇ ਨਹੀਂ ਇਸ ਮੋਰਚੇ 'ਚ ਪੁੱਜ ਸਕੇ, ਉਹਨਾਂ ਬਾਰੇ ਵੀ ਕੀ ਖਿਆਲ ਹੈ ਤੁਹਾਡਾ? ਇਹ ਕਿ ਸੇਵਾ ਦਾ ਜਿਹੜਾ ਅਰਥ ਹੈ, ਸੇਵਾ ਮਤਲਬ ਨਿਸਵਾਰਥ। ਅਤੇ ਕੋਈ ਵੀ ਸੰਪਰਦਾਇ ਜਾਂ ਧਰਮ ਹੈ, ਕੋਈ ਕਿਸੇ ਦੀ ਥਾਂ 'ਤੇ ਜਾਏ, ਚਾਹੇ ਵੈਸੇ ਸ਼ਰਧਾ ਲੈ ਕੇ ਜਾਏ ਜਾਂ ਆਪਣਾ ਕੋਈ ਕੰਮ ਲੈ ਕੇ ਜਾਏ, ਅਤੇ ਉਹਨਾਂ ਨੂੰ ਆਪਣੇ ਨਿਸਵਾਰਥ ਸਹਿਯੋਗ ਕਰਨਾ ਚਾਹੀਦਾ। ਅਤੇ ਸੰਪਰਦਾਇ ਜਿੰਨੇ ਵੀ ਹੋਣ, ਸਭ ਆਪਣੀ ਭਗਤੀ ਕਰਨ, ਲੇਕਿਨ ਆਪਸ ਵਿੱਚ ਪ੍ਰੇਮ ਰੱਖਣ, ਮਿਲ ਜੁਲ ਕੇ ਰਹਿਣ ਅਤੇ ਭਾਈਚਾਰਾ ਰੱਖਣ, ਅਤੇ ਆਪਣੀ ਦੂਜੇ ਨੂੰ ਬੁਰਾ ਜਾਂ ਕੌੜਾ ਨਾ ਬੋਲਣ। ਆਪਣੀ ਚੀਜ਼ ਮਿੱਠੀ ਹੈ, ਤੁਸੀਂ ਮਿੱਠਾ ਰੱਖੋ, ਜੀ ਸਦ ਕੇ ਚਲੋ ਉਹਦੇ 'ਤੇ, ਪ੍ਰਚਾਰ ਵੀ ਕਰੋ, ਪਰ ਦੂਜੇ ਨੂੰ ਭਲਾ ਬੁਰਾ ਜਾਂ ਕੌੜਾ ਨਾ ਬੋਲੋ। ਪ੍ਰੇਮ ਨਾਲ ਮਿਲ ਜੁਲ ਕੇ ਸਾਰੇ ਰਹਿਣ, ਇੱਕ ਦੂਜੇ ਦਾ ਸਹਿਯੋਗ ਕਰਨ, ਇਹੀ ਹੈ ਸਭ ਨੂੰ ਪ੍ਰਾਰਥਨਾ ਜੀ। ਬਹੁਤ ਸ਼ੁਕਰੀਆ ਜੀ। ਤਾਂ ਇੱਕ ਵਾਰੀ ਫਿਰ ਤੁਹਾਨੂੰ ਉਹ ਤਸਵੀਰ ਦਿਖਾ ਦਿੰਦੇ ਹਾਂ। ਇਹ ਸਾਂਝੀ ਵਾਲਤਾ ਦਾ ਸੁਨੇਹਾ ਦਿਖਾਉਣ ਦੀ ਕੋਸ਼ਿਸ਼ ਇਸ ਕਰਕੇ ਕਰ ਰਹੇ ਹਾਂ ਕਿ ਕਿਤੇ ਵੀ ਕਿਸੇ ਨਾਲ ਭੇਦਭਾਵ ਨਹੀਂ ਹੁੰਦਾ। ਜਦੋਂ ਕੋਈ ਸਿਆਸਤ ਕਰਦਾ ਉਦੋਂ ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਮਿਲਦੀਆਂ, ਪਰ ਇੱਕ ਪਾਸੇ ਮੋਰਚਾ ਔਰ ਦੂਜੇ ਪਾਸੇ ਇਹ ਸ਼੍ਰੀ ਕ੍ਰਿਸ਼ਨ ਮੰਦਰ, ਔਰ ਇਸ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਨਾਲ ਭੇਦਭਾਵ ਨਹੀਂ ਕਰ ਰਹੇ ਔਰ ਸਹਿਯੋਗ ਦੇ ਰਹੇ ਹਾਂ। ਔਰ ਤੁਸੀਂ ਅੰਦਰ ਵੀ ਦੇਖ ਸਕਦੇ ਹੋ ਕਿ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਇਸ ਮੋਰਚੇ 'ਚ ਜੇ ਆ ਰਹੇ ਨੇ ਤਾਂ ਇੱਥੇ ਪਾਣੀ ਦੀ ਵਰਤੋਂ ਵੀ ਹੋ ਰਹੀ ਹੈ, ਔਰ ਇੱਥੇ ਕੁਝ ਦੇਰ ਲਈ ਕੋਈ ਆਰਾਮ ਕਰਨਾ ਚਾਹੁੰਦਾ, ਖਾਸ ਕਰਕੇ ਬੀਬੀਆਂ ਦੇ ਲਈ ਪਖਾਨਿਆਂ ਦੀ ਜਿਹੜੀ ਅੰਦਰ ਪ੍ਰਬੰਧ ਕੀਤਾ ਗਿਆ ਉਸ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਔਰ ਮੋਰਚੇ ਵਿੱਚ ਆਉਣ ਵਾਲਿਆਂ ਲਈ। ਤਾਂ ਇਸ ਮੰਦਰ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਪੂਰਾ ਸਹਿਯੋਗ ਦੇਵਾਂਗੇ, ਔਰ ਲੋਕ ਵੀ ਇੱਥੋਂ ਜਿਹੜੇ ਆ ਰਹੇ ਨੇ ਸਹੂਲਤ ਲੈ ਰਹੇ ਨੇ ਉਹ ਵੀ ਖੁਸ਼ ਨੇ ਕਿ ਸਾਂਝੀ ਵਾਲਤਾ ਦਾ ਜੋ ਸੁਨੇਹਾ ਦਿੱਤਾ ਗਿਆ ਉਸ ਨੂੰ ਲੈ ਕੇ ਇਸ ਮੰਦਰ ਦਾ ਸਾਡੇ ਲਈ ਸਹਿਯੋਗ ਬਹੁਤ ਵੱਡਾ ਹੈ। ਔਰ ਤੁਸੀਂ ਦੇਖ ਸਕਦੇ ਹੋ ਕਿ ਮੋਰਚੇ 'ਚ ਜਿਹੜੇ ਵੀ ਇੱਥੇ ਵਰਤਣਾ ਚਾਹੁੰਦੇ ਨੇ ਜਾਂ ਮੰਦਰ ਦੀ ਹਦੂਦ ਦੇ ਅੰਦਰ ਆ ਕੇ ਥੋੜ੍ਹੀ ਦੇਰ ਲਈ ਆਰਾਮ ਵੀ ਫਰਮਾਉਣਾ ਚਾਹੁੰਦੇ ਨੇ ਔਰ ਇਸ਼ਨਾਨ ਕਰਨਾ ਚਾਹੁੰਦੇ ਨੇ, ਉਹ ਵੀ ਇਸ ਮੰਦਰ ਦੀ ਹਦੂਦ ਨੂੰ ਵਰਤ ਰਹੇ ਨੇ। ਔਰ ਮੰਦਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਸਦਾ ਕਹਿਣਾ ਹੈ ਕਿ ਅਸੀਂ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕਰ ਰਹੇ। ਤਾਂ ਇਸ ਤਰ੍ਹਾਂ ਦੇ ਸਾਂਝੀ ਵਾਲਤਾ ਦੇ ਸੁਨੇਹੇ ਜਦੋਂ ਦੇਖਣ ਨੂੰ ਮਿਲਦੇ ਨੇ ਤਾਂ ਉੱਥੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਤਾਂ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੁੰਦੇ ਨੇ, ਪਰ ਜਦੋਂ ਕੋਈ ਸਿਆਸਤ ਤੋੜਨ ਦੀ ਵਿਛੋੜਨ ਦੀ ਕਰਦਾ ਹੈ ਅਤੇ ਉਦੋਂ ਬਹੁਤ ਸਾਰੇ ਸਵਾਲ ਪੈਦਾ ਹੋ ਜਾਂਦੇ ਨੇ। ਅਤੇ ਸਾਰੇ ਇੱਕਜੁੱਟਤਾ ਦੇ ਨਾਲ ਰਹਿਣ, ਏਕਤਾ ਦੇ ਵਿੱਚ ਰਹਿਣ ਅਸੀਂ ਇਹ ਕਾਮਨਾ ਕਰਦੇ ਹਾਂ। ਔਰ ਦੂਜੇ ਪਾਸੇ ਜਿਹੜਾ ਮੋਰਚਾ ਲੱਗਿਆ ਕਦੋਂ ਮੰਨੀ ਜਾਂਦੀ ਹੈ ਸਾਰੀ ਗੱਲਬਾਤ ਉਹਨਾਂ ਦੀ, ਇਹ ਤਾਂ ਹੁਣ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।